ਕਿ ਜਿੰਨੇ MLA ਮੰਤਰੀ ਜਾਂ ਜਿਹੜੇ ਮੈਂਬਰ ਪਾਰਲੀਮੈਂਟ ਚੋਣ ਲੜਦੇ ਆ ਉਹਨਾਂ ਸਾਰਿਆਂ ਦਾ ਡੋਰ ਟੈਸਟ ਜਿਹੜਾ ਕੰਪਲਸਰੀ ਕੀਤਾ ਜਾਵੇ। ਉਹਦੇ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਲਾਲਪੁਰਾ ਸਾਹਿਬ ਦਾ ਜਿਹੜਾ ਉਪਰਾਲਾ ਹੈ ਪਿੱਦੀ ਪਿੰਡ ਤੋਂ ਅੱਜ ਜਿਹੜੀ ਆ ਸ਼ੁਰੂਆਤ ਹੋਈ ਹੈ, ਕਹਿ ਸਕਦੇ ਕਿ ਪੰਚਾਇਤ ਨੇ 150 ਦੇ ਕਰੀਬ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਨੇ। ਅੱਜ ਮੇਰੇ ਭਰਾ MLA ਖਡੂਰ ਸਾਹਿਬ ਵਿਧਾਨ ਸਭਾ ਤੋਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਦੇ ਵਿੱਚ ਸਾਡੀ ਇੱਥੋਂ ਮੌਜੂਦਾ ਪੰਚਾਇਤ ਦੇ ਨਾਲ ਸਰਪੰਚ ਨਾਲ ਸਾਡਾ ਭਰਾ ਗੁਰਜੀਤ ਸਿੰਘ ਅਤੇ ਪੂਰਾ ਹੀ ਮੈਨੂੰ ਲੱਗਦਾ ਵੀ ਤਕਰੀਬਨ 75% ਪਿੰਡ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਿਲ ਹੋਇਆ। ਛੋਟਾ ਜਿਹਾ ਪਿੰਡ ਆ ਅਤੇ 150 ਤੋਂ ਵੱਧ ਪਰਿਵਾਰ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਆਏ ਆ। ਪਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹੀ ਪੂਰੀ ਲੋਕ ਸਭਾ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਿਲ ਹੋਣ ਨੂੰ ਤਿਆਰ ਨੇ। ਵੱਡੀ ਲੀਡ ਨਾਲ ਪਰਮਾਤਮਾ ਕਿਰਪਾ ਕਰੇ ਲੋਕ ਸਭਾ ਖਡੂਰ ਸਾਹਿਬ ਜਿੱਤ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ ਪਾਵਾਂਗੇ। ਪੰਜਾਬ ਦੇ ਮੁੱਦੇ, ਰੂਰਲ ਡਿਵੈਲਪਮੈਂਟ ਫੰਡ 8,000 ਕਰੋੜ, ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ, ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਸੈਂਟਰ ਨੇ ਬੰਦ ਕੀਤੀਆਂ, ਸਾਡੇ ਹੋਰ ਕਈ ਤਰ੍ਹਾਂ ਦੇ ਜਿਹੜੇ ਹੱਕ ਨੇ, ਚੰਡੀਗੜ੍ਹ 'ਚ 60-40 ਦੇ ਅਨੁਪਾਤ ਨਾਲ ਭਰਤੀ ਹੁੰਦੀ, 40% ਬੱਚੇ ਪੰਜਾਬ ਦੇ ਭਰਤੀ ਹੁੰਦੇ, ਉਹ ਸੈਂਟਰ ਨੇ ਬੰਦ ਕਰਤੇ ਆ। ਇੰਡੀਆ ਲਾਈਨਸ ਦੀ ਸਰਕਾਰ ਬੰਦ ਅਤੇ ਉਹ ਸਾਰੇ ਹੱਕ ਪੰਜਾਬ ਦੇ ਲੈ ਕੇ ਆਵਾਂਗੇ। ਪੁਲੂ ਸਾਹਿਬ ਗੱਲ ਕਰ ਲਈਏ ਤਾਂ ਜਦੋਂ ਟਿਕਟਾਂ ਮਿਲ ਗਈਆਂ ਨੇ, ਸਿਆਸੀ ਵਾਰ ਵੀ ਕਿਤੇ ਨਾ ਕਿਤੇ ਸ਼ੁਰੂ ਹੋ ਗਏ ਨੇ। ਕੁਲਵੀਰ ਸਿੰਘ ਜੀ ਦਾ ਕੁਝ ਦਿਨਾਂ ਤੋਂ ਜਿਹੜੇ ਨੇ ਤਰਨ ਤਾਰਨ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਸੀ ਔਰ ਡੋਪ ਟੈਸਟ ਕਰਵਾਉਣ ਦੀ ਮੰਗ ਜਿਹੜੀ ਸੀ ਤੁਹਾਡੀ ਕੀਤੀ ਜਾ ਰਹੀ ਸੀ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਕਿਸੇ 'ਤੇ ਨਿੱਜੀ ਵਾਰ ਉਦੋਂ ਬੰਦਾ ਕਰਦਾ ਜਦੋਂ ਬੰਦੇ ਨੂੰ ਡਰ ਹੋਵੇ ਨਾ ਵੀ ਹਰਦਾ ਹੋਵੇ ਬੰਦਾ, ਅਤੇ ਉਦੋਂ ਨਿੱਜੀ ਟਿੱਪਣੀਆਂ ਕਰਨੀਆਂ, ਨਿੱਜੀ ਵਾਰ ਕਰਨੇ ਸ਼ੁਰੂ ਕਰ ਦਿੰਦੇ ਆ। ਕੁਲਵੀਰ ਜੀ ਦਾ ਇਹ ਗੱਲ ਕਰੇ ਵੀ 5 ਸਾਲਾਂ 'ਚ ਇਹਨੇ ਆਪਦੇ ਹਲਕੇ 'ਚ ਕੀ ਕੀਤਾ ਅਤੇ ਲੋਕ ਸਭਾ ਖਡੂਰ ਸਾਹਿਬ ਲਈ ਕੀ ਕਰ ਸਕਦਾ ਆ, ਕਿ ਕਿਸੇ 'ਤੇ ਨਿੱਜੀ ਵਾਰ ਕੀਤੇ ਆ। ਲਾਲਜੀਤ ਭੁੱਲਰ ਨੇ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਕੀਤਾ, ਕੋਈ ਘਪਲਾ ਤਾਂ ਨਹੀਂ ਕੀਤਾ ਲਾਲਜੀਤ ਭੁੱਲਰ ਨੇ, ਵੀ ਆਪਾਂ ਨਜਾਇਜ਼ ਝੂਠੇ ਆਰੋਪ ਲਾ ਰਹੇ ਹਾਂ ਕਿਸੇ ਦੇ ਉੱਤੇ। ਦੇਖੋ, ਇਹ ਤਾਂ ਇੰਡੀਆ ਚੋਣ ਕਮਿਸ਼ਨ ਨੂੰ ਜਾ ਕੇ ਕਹਿਣ ਵੀ ਜਿੰਨੇ MLA ਮੰਤਰੀ ਜਾਂ ਜਿਹੜੇ ਮੈਂਬਰ ਪਾਰਲੀਮੈਂਟ ਚੋਣ ਲੜਦੇ ਆ ਉਹਨਾਂ ਸਾਰਿਆਂ ਦਾ ਡੋਰ ਟੈਸਟ ਜਿਹੜਾ ਕੰਪਲਸਰੀ ਕੀਤਾ ਜਾਵੇ। ਇਹ ਲੋਕਾਂ ਦੇ ਵਿੱਚ ਜਾ ਕੇ ਕਿਸੇ ਦਾ ਝੂਠਾ ਰੌਲਾ ਪਾਉਣ ਨਾਲ, ਕਿਸੇ ਨੂੰ ਉਂਗਲ ਕਰਨ ਨਾਲ, ਪਹਿਲਾਂ ਇਹ ਸੋਚਣਾ ਚਾਹੀਦਾ ਵੀ ਜਦੋਂ ਇੱਕ ਉਂਗਲ ਕਿਸੇ ਲੱਗ ਕਰੀਏ ਤਾਂ 3 ਉਂਗਲਾਂ ਆਪਦੇ ਵੱਲ ਹੁੰਦੀਆਂ। ਪਹਿਲਾਂ ਆਪਣੇ ਆਪ ਨੂੰ ਕਰ ਲਓ ਸਥਿਰ ਵੀ ਅਸੀਂ ਪੰਜਾਬ ਲਈ ਕੀ ਕੀਤਾ ਅਤੇ ਅਗਾਂਹ ਪੰਜਾਬ ਲਈ ਕੀ ਕਰ ਸਕਦੇ ਹਾਂ। ਗੱਲ ਕਰ ਲਈਏ ਤਾਂ ਉਹ ਪੰਥਕ ਵੀ ਦੱਸਦੇ ਨੇ ਆਪਣੇ ਆਪ ਨੂੰ, ਕਹਿੰਦੇ ਨੇ ਕਿ ਮੇਰਾ ਪਛੋਕੜ ਵੀ ਜਿਹੜਾ ਪੰਥਕ। ਦੇਖੋ, ਪੰਥਕ ਤਾਂ ਲੋਕਾਂ ਨੇ ਦੱਸਣਾ ਵਾ, ਲੋਕਾਂ ਦੱਸਣਾ ਵੀ ਕੌਣ ਪੰਥਕ ਹੈ ਅਤੇ ਕੌਣ ਨਹੀਂ ਪੰਥਕ। ਲੋਕਾਂ 'ਚ ਜਾ ਕੇ ਆਪਦੀ ਪਾਰਟੀ ਦੀਆਂ ਨੀਤੀਆਂ ਦੱਸਣ, ਆਪਦੇ ਕੰਮ ਦੱਸਣ, ਅਤੇ ਜੇ ਕੋਈ ਅਸੀਂ ਗਲਤ ਕੀਤਾ ਆ, ਕੋਈ ਘਪਲਾ ਕੀਤਾ ਵੱਡਾ, ਕੋਈ ਗ੍ਰਾਂਟ ਦੀ ਦੁਰਵਰਤੋਂ ਕੀਤੀ ਆ, ਉਹ ਦੱਸਣ ਲੋਕਾਂ ਦੇ ਵਿੱਚ ਜਾ ਕੇ, ਨਿੱਜੀ ਕਿਸੇ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਨਾ ਕਰਨ। ਜਦੋਂ ਇਹਨਾਂ ਨੇ ਨਿੱਜੀ ਕੀਤੇ ਅਤੇ ਜਦੋਂ ਅਸੀਂ ਅੱਗੋਂ ਜਵਾਬ ਦਿੱਤਾ ਅਤੇ ਉਦੋਂ ਇਹਨਾਂ ਦੀਆਂ ਬੜੀਆਂ ਚੀਕਾਂ ਪਈਆਂ, ਕਿਸੇ 'ਤੇ ਨਿੱਜੀ ਵਾਰ ਕਰਨ ਤੋਂ ਪਹਿਲਾਂ ਆਪਦੇ ਮੰਜੀ ਥੱਲੇ ਜਿਹੜਾ ਨਾ ਉਹ ਸੋਟਾ ਫੇਰ ਲੈਣਾ ਚਾਹੀਦਾ। ਪਰਸੋਂ ਤੁਹਾਡੇ ਗੱਲ ਕਰ ਲਈ ਖਡੂਰ ਸਾਹਿਬ 'ਚ ਸਿੱਕੀ ਸਾਹਿਬ ਜਿਹੜੀ ਰੱਖੀ ਸੀ, ਇੱਕ ਪੰਥਕ ਉਹਨਾਂ ਨੇ ਰੈਲੀ ਰੱਖੀ ਸੀ ਜਿਹੜੀ ਕੀਤੀ ਗਈ ਸੀ ਕੁਲਵੀਰ ਜੀਰਾ ਦੇ ਹੱਕ ਦੇ ਵਿੱਚ, ਉੱਥੇ ਵੀ ਸਿਆਸੀ ਸਟੇਜ ਦੇ ਉੱਪਰੋਂ ਕਈ ਤਿੱਖੇ ਹਮਲੇ ਜਿਹੜੇ ਨੇ ਕੀਤੇ ਗਏ ਨੇ, ਵੀਡੀਓ ਜਿਹੜੀ ਵਾਇਰਲ ਹੋਈ, ਤੁਹਾਡੇ 'ਤੇ ਵੀ ਕੋਈ ਤਿੱਖਾ ਹਮਲਾ ਕੀਤਾ ਗਿਆ? ਹਾਂ ਬਿਲਕੁਲ, ਕਹਿੰਦੇ ਸੀ ਕਿ ਕਹਿੰਦੇ ਵੀ ਅੱਜ ਜਿੰਨੇ ਵਰਕਰਾਂ ਨੇ ਇਹਦੇ ਲਾਲਪੁਰੇ ਦੇ ਕਦੇ ਸੰਸਕਾਰ 'ਤੇ ਵੀ ਨਾ ਜਾਣ, ਤਾਂ ਬੜੀ ਦੁੱਖ ਵਾਲੀ ਗੱਲ ਹੈ ਕਿ ਸਾਨੂੰ ਇੰਨਾ ਮਿਆਰ ਸਿਆਸਤ ਦਾ ਨਹੀਂ ਸੁੱਟ ਦੇਣਾ ਚਾਹੀਦਾ। ਕੁਰਸੀਆਂ ਦੇ ਲਈ ਕਿਸੇ ਦਾ ਬੰਦਾ ਮਾਰ ਦੇਣਾ, ਕਿਸੇ ਦੇ ਪਰਿਵਾਰ ਦੇ ਜੀ ਲੀਡਾ ਮਾੜਾ ਸੋਚਣਾ, ਇਹ ਬਿਲਕੁਲ ਜਿਹੜਾ ਉਹ ਠੀਕ ਨਹੀਂ ਹੈਗਾ। ਸੋ ਚਲੋ, ਅਸੀਂ ਆਪਣੇ ਕੰਮਾਂ ਨਾਲ ਜਵਾਬ ਦੇਵਾਂਗੇ। ਤੇ ਬਾਕੀ ਉਹ ਸਿੱਧੂ ਮੂਸੇਵਾਲੇ ਦਾ ਗਾਣਾ ਨਾ, ਦਿਮਾਗੋ ਹਿਲਾ ਤੇ ਬੱਲੀ, ਇਹਨਾਂ ਦਾ ਉਹ ਹਾਲ ਹੈ, ਦਿਮਾਗੋ ਹਿੱਲੇ ਨੇ। ਇਸ ਵਾਰ ਅੱਜ ਫਿਰ ਪਿੱਦੀ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਗਈ ਆ, 150 ਦੇ ਕਰੀਬ ਤੁਹਾਡੇ ਵੱਲੋਂ ਜੁਆਇਨਿੰਗ ਹੋਈ ਹੈ, ਕੀ ਕਹਿਣਾ ਚਾਹੁੰਦੇ? ਔਰ ਇੱਕ ਅੱਜ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਏ ਨੇ ਔਰ ਵੱਡਾ ਇਕੱਠ ਜਿਹੜਾ ਸੀ ਸੰਬੋਧਨ ਕੀਤਾ। ਹਾਂ ਦੇਖੋ, ਗੱਲ ਇਹ ਹੈ ਕਿ ਅੱਜ ਅਸੀਂ ਸਵੇਰੇ 8 ਗੁਰੂਆਂ ਦੀ ਧਰਤੀ 'ਤੇ ਨਤਮਸਤਕ ਹੋ ਕੇ, ਮੈਂ ਅਤੇ ਮੇਰਾ ਵੱਡੇ ਭਰਾ ਸਰਦਾਰ ਲਾਲਜੀਤ ਸਿੰਘ ਭੁੱਲਰ, ਅਸੀਂ ਗੁਰੂ ਸਾਹਿਬ ਦਾ ਉੱਥੇ ਓਟ ਆਸਰਾ ਲਿਆ ਅਤੇ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਆਏ ਹਾਂ ਕਿ ਪਰਮਾਤਮਾ
ਮੈਂ ਇਹਨਾਂ ਵੋਟਾਂ ਦੇ ਵਿੱਚ ਸਾਡੀ ਚੜ੍ਹਦੀ ਕਲਾ ਕਰੇ। ਅਤੇ ਵੇਖੋ ਅੱਜ ਸ਼ਾਮੀ ਹੀ ਪਿੰਡ ਪੀਦੀ ਦੇ ਵਿੱਚ ਜਿਹੜੀ ਪੂਰੀ ਪੰਚਾਇਤ ਹੈ ਉਹ ਆਪਣੇ ਜਿੰਨੇ ਮੈਂਬਰ ਸਾਹਿਬਾਨ ਨੇ ਅਤੇ ਉਹਨਾਂ ਦੀ ਟੀਮ ਦੇ ਕਾਂਗਰਸ ਪਾਰਟੀ ਦੇ ਜਿਹੜੇ ਹੋਰ ਵੀ ਸਾਰੇ ਮੈਂਬਰ ਨੇ ਉਹ ਅਤੇ ਸਾਡਾ ਵੀਰ ਗੁਰਜੀਤ ਘੈਣਾ ਸਾਡੇ ਇੱਥੋਂ ਪਿੰਡੀ ਪਿੰਡ ਤੋਂ ਡਾਕਟਰ ਸਾਹਿਬ ਹੋਰ ਸਾਰੀ ਟੀਮ ਜਿਹੜੀ ਉਹ ਵੱਡੀ ਸੰਖਿਆ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਬਿਲਕੁਲ, ਇਹ ਸਨ ਮਨਜਿੰਦਰ ਸਿੰਘ ਲਾਲਪੁਰਾ ਜੀ ਔਰ ਲਾਲਜੀਤ ਸਿੰਘ ਭੁੱਲਰ। ਔਰ ਦੱਸਦੀਏ ਕਿ ਅੱਜ ਇੱਕ ਵੱਡਾ ਇਕੱਠ ਜਿਹੜਾ ਕਹਿ ਸਕਦੇ ਹਾਂ ਕਿ ਅੱਜ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ। 150 ਦੇ ਕਰੀਬ ਪਰਿਵਾਰ ਜਿਹੜੇ ਨੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਨੇ, ਉਹਨਾਂ ਨੇ ਤਾਂ ਕਿਹਾ ਕਿ ਨਿੱਜੀ ਹਮਲੇ ਜਿਹੜੇ ਨੇ ਕਿਸੇ ਦੇ ਉੱਪਰ ਜਿਹੜੇ ਨੇ ਨਹੀਂ ਕਰਨੇ ਚਾਹੀਦੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।